ਚੋਰਾਂ ਦੇ ਵੱਲੋਂ ਇੱਕ ਗੁਰੂ ਘਰ ਨੂੰ ਬੀਤੀ ਰਾਤ ਨਿਸ਼ਾਨਾ ਬਣਾਇਆ ਗਿਆ। ਦਰਬਾਰ ਸਾਹਿਬ ਦੇ ਅੰਦਰ ਗੋਲਕ ਨੂੰ ਚੁੱਕ ਕੇ ਲੈ ਗਏ ਨੇ ਚੋਰ। ਦੱਸ ਦਈਏ ਕਿ 4 ਤੋਂ 5 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੰਗਲਾ ਪਿੱਛੇ ਹਟਾ ਕੇ ਚੋਰਾਂ ਦੇ ਵੱਲੋਂ ਗੋਲਕ ਨੂੰ ਬਾਹਰ ਕੱਢਿਆ ਗਿਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਲੈ ਕੇ ਫਰਾਰ ਹੋ ਗਏ। ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਵਿਖੇ ਗੁਰਦੁਆਰਾ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ ਵਿਖੇ ਚੋਰਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ। ਇਹਨਾਂ ਦਾ ਸਾਰਾ ਕਾਰਨਾਮਾ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਨੇ ਮੂੰਹ ਟਕੇ ਹੋਏ ਨੇ ਔਰ ਜੰਗਲੇ ਨੂੰ ਪਿੱਛੇ ਹਟਾਇਆ ਗਿਆ, ਇੱਕ ਪਾਸੇ ਰੱਖਿਆ ਗਿਆ। ਬਾਅਦ ਦੇ ਵਿੱਚ ਭਾਰੀ ਗੋਲਕ ਨੂੰ ਚਾਰੇ ਚੋਰਾਂ ਨੇ ਹੱਥ ਪਾਇਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਚੁੱਕ ਕੇ ਫਰਾਰ ਹੋ ਗਏ। ਸੋ ਗੁਰਦੁਆਰਾ ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਦਾ ਇਹ ਗੁਰੂ ਘਰ ਹੈ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ, ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਚੋਰਾਂ ਦੇ ਵੱਲੋਂ ਇੱਕ ਗੁਰੂ ਘਰ ਨੂੰ ਬੀਤੀ ਰਾਤ ਨਿਸ਼ਾਨਾ ਬਣਾਇਆ ਗਿਆ। ਦਰਬਾਰ ਸਾਹਿਬ ਦੇ ਅੰਦਰ ਗੋਲਕ ਨੂੰ ਚੁੱਕ ਕੇ ਲੈ ਗਏ ਨੇ ਚੋਰ। ਦੱਸ ਦਈਏ ਕਿ 4 ਤੋਂ 5 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੰਗਲਾ ਪਿੱਛੇ ਹਟਾ ਕੇ ਚੋਰਾਂ ਦੇ ਵੱਲੋਂ ਗੋਲਕ ਨੂੰ ਬਾਹਰ ਕੱਢਿਆ ਗਿਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਲੈ ਕੇ ਫਰਾਰ ਹੋ ਗਏ। ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਵਿਖੇ ਗੁਰਦੁਆਰਾ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ ਵਿਖੇ ਚੋਰਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ। ਇਹਨਾਂ ਦਾ ਸਾਰਾ ਕਾਰਨਾਮਾ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਨੇ ਮੂੰਹ ਟਕੇ ਹੋਏ ਨੇ ਔਰ ਜੰਗਲੇ ਨੂੰ ਪਿੱਛੇ ਹਟਾਇਆ ਗਿਆ, ਇੱਕ ਪਾਸੇ ਰੱਖਿਆ ਗਿਆ। ਬਾਅਦ ਦੇ ਵਿੱਚ ਭਾਰੀ ਗੋਲਕ ਨੂੰ ਚਾਰੇ ਚੋਰਾਂ ਨੇ ਹੱਥ ਪਾਇਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਚੁੱਕ ਕੇ ਫਰਾਰ ਹੋ ਗਏ। ਸੋ ਗੁਰਦੁਆਰਾ ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਦਾ ਇਹ ਗੁਰੂ ਘਰ ਹੈ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ, ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਚੋਰਾਂ ਦੇ ਵੱਲੋਂ ਇੱਕ ਗੁਰੂ ਘਰ ਨੂੰ ਬੀਤੀ ਰਾਤ ਨਿਸ਼ਾਨਾ ਬਣਾਇਆ ਗਿਆ। ਦਰਬਾਰ ਸਾਹਿਬ ਦੇ ਅੰਦਰ ਗੋਲਕ ਨੂੰ ਚੁੱਕ ਕੇ ਲੈ ਗਏ ਨੇ ਚੋਰ। ਦੱਸ ਦਈਏ ਕਿ 4 ਤੋਂ 5 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੰਗਲਾ ਪਿੱਛੇ ਹਟਾ ਕੇ ਚੋਰਾਂ ਦੇ ਵੱਲੋਂ ਗੋਲਕ ਨੂੰ ਬਾਹਰ ਕੱਢਿਆ ਗਿਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਲੈ ਕੇ ਫਰਾਰ ਹੋ ਗਏ। ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਵਿਖੇ ਗੁਰਦੁਆਰਾ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ ਵਿਖੇ ਚੋਰਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ। ਇਹਨਾਂ ਦਾ ਸਾਰਾ ਕਾਰਨਾਮਾ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਨੇ ਮੂੰਹ ਟਕੇ ਹੋਏ ਨੇ ਔਰ ਜੰਗਲੇ ਨੂੰ ਪਿੱਛੇ ਹਟਾਇਆ ਗਿਆ, ਇੱਕ ਪਾਸੇ ਰੱਖਿਆ ਗਿਆ। ਬਾਅਦ ਦੇ ਵਿੱਚ ਭਾਰੀ ਗੋਲਕ ਨੂੰ ਚਾਰੇ ਚੋਰਾਂ ਨੇ ਹੱਥ ਪਾਇਆ ਔਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਚੁੱਕ ਕੇ ਫਰਾਰ ਹੋ ਗਏ। ਸੋ ਗੁਰਦੁਆਰਾ ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੁੰਨੂਆ ਦਾ ਇਹ ਗੁਰੂ ਘਰ ਹੈ ਬਾਬਾ ਹਿਸੋਵਾਣਾ ਸਾਹਿਬ ਸ਼ਹੀਦ ਸਥਾਨ, ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ।